श्रीकाल जी, मेरा नाम मनप्रीत कौर है। मैं सरकारी सीनियर सेकेंडरी स्मार्ट स्कूल बुरजहरी विच मानसा जिले विच 11वीं क्लास की विद्यार्थन हाँ। अज मैं तुहाडे नाल श्री गुरु तेग बहादुर जी नाल संबंधित अपने विचार तुहाडे नाल सांझे कर रही हाँ। गुरु तेग बहादुर जी सिख धर्म के 9वें गुरु सन। उन्हां दा जन्म 1 अप्रैल 1621 नूं होया सी। उन्हां दे पिता जी का नाम श्री गुरु हरगोबिंद साहिब जी और माता जी का नाम माता नानकी सी। उन्हां दा बचपन का नाम त्यागमल सी। बचपन विच ही गुरु तेग बहादुर जी ने तलवार चलाउण दी महारत हासिल कर ली सी। उन्हां दा नाम एक बार बचपन विच गुरु जी द्वारा तलवार दे जौहर दिखाए जाण कारण उन्हां दा नाम श्री गुरु हरगोबिंद साहिब जी ने बदल के तेग बहादुर रख दिता सी। गुरु तेग बहादुर जी नूं हिंद दी चादर दे नाम नाल भी जाणिया जांदा है। उन्हां दा ब्याह माता गुजरी जी नाल होया। 10वें गुरु गुरु गोबिंद सिंह साहिब जी उन्हां दे सपुत्तर सन। ਉਹ ਸ਼ੁਰੂ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ। ਬਾਬਾ ਵਕਾਲਾ ਵਿਖੇ ਰਹਿੰਦਿਆਂ ਹੀ ਉਹਨਾਂ ਨੇ 1664 ਈਸਵੀ ਵਿੱਚ ਗੁਰਗੱਦੀ ਸੰਭਾਲੀ। ਉਹਨਾਂ ਨੇ ਦੂਰ ਦੁਰਾਡੇ ਇਲਾਕੇ ਵਿੱਚ ਯਾਤਰਾਵਾਂ ਕੀਤੀਆਂ ਅਤੇ ਧਰਮ ਦਾ ਪ੍ਰਚਾਰ ਕੀਤਾ। ਉਹਨਾਂ ਨੇ ਪਹਾੜੀ ਰਾਜਿਆਂ ਤੋਂ ਜਗ੍ਹਾ ਖਰੀਦ ਕੇ ਚੱਕ ਨਾਨਕੀ ਨਾਮ ਦਾ ਨਗਰ ਵਸਾਇਆ, ਜੋ ਬਾਅਦ ਵਿੱਚ ਆਨੰਦਪੁਰ ਸਾਹਿਬ ਦੇ ਨਾਮ ਨਾਲ ਸਿੱਖੀ ਦਾ ਪ੍ਰਸਿੱਧ ਕੇਂਦਰ ਬਣਿਆ। ਬਾਬਾ ਵਕਾਲਾ ਵਿਖੇ ਗੁਰੂ ਜੀ ਨੂੰ 20 ਸਾਲ ਭਗਤੀ ਕੀਤੀ। ਜਦੋਂ 8ਵੇਂ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪਣੇ ਆਖਰੀ ਸਮੇਂ ਵਿੱਚ ਸਨ ਤਾਂ ਉਹ ਜਾਂਦੇ ਜਾਂਦੇ ਕਹਿ ਗਏ ਕਿ 9ਵੇਂ ਗੁਰੂ ਬਾਬਾ ਵਕਾਲਾ ਵਿਖੇ ਮਿਲਣਗੇ। ਇਹ ਸੁਣ ਕੇ ਪਖੰਡੀ ਲੋਕਾਂ ਨੇ ਖੁਦ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਲੁਬਾਣਾ, ਜੋ ਕਿ ਇੱਕ ਬਹੁਤ ਵੱਡਾ ਵਪਾਰੀ ਸੀ, ਉਸਨੇ ਇੱਕ ਸੁਖਣਾ ਸੁਖੀ ਸੀ ਕਿ ਉਹ ਗੁਰੂ ਜੀ ਨੂੰ 500 ਮੋਹਰਾਂ ਭੇਟ ਕਰੇਗਾ। ਉਸਨੇ ਬਾਬਾ ਵਕਾਲਾ ਵਿਖੇ ਆ ਕੇ ਗੁਰੂ ਜੀ ਦੀ ਭਾਲ ਕਰਨ ਲਈ ਜਿੰਨੇ ਵੀ ਪਖੰਡੀ ਲੋਕ ਬੈਠੇ ਸੀ, ਹਰ ਇੱਕ ਅੱਗੇ ਕੇਵਲ 5 ਮੋਹਰਾਂ ਭੇਟ ਕੀਤੀਆਂ। ਪਰ ਹਰ ਇੱਕ ਨੇ ਬਿਨਾਂ ਕੁਝ ਕਹੇ 5 ਮੋਹਰਾਂ ਹੀ ਸਵੀਕਾਰ ਕਰ ਲਈਆਂ। ਪਰ ਜਦੋਂ ਉਸਨੇ ਗੁਰੂ ਤੇਗ ਬਹਾਦਰ ਜੀ ਅੱਗੇ 5 ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਜੀ ਨੇ ਕਿਹਾ, ਕੀ ਗੱਲ ਮੱਖਣ ਸ਼ਾਹ, ਤੁਸੀਂ ਤਾਂ 500 ਮੋਹਰਾਂ ਦੀ ਸੁਖਣਾ ਸੁਖੀ ਸੀ। ਇਹ ਦੇਖ ਕੇ ਮੱਖਣ ਸ਼ਾਹ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਗੁਰੂ ਲਾ ਦਿਓ ਰੇ, ਗੁਰੂ ਲਾ ਦਿਓ ਰੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ 9ਵੇਂ ਗੁਰੂ ਬਣੇ। ਔਰੰਗਜ਼ੇਬ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਪੰਡਿਤ ਇੱਕ ਦਿਨ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ। ਉਹਨਾਂ ਨੇ ਕਿਹਾ, ਗੁਰੂ ਜੀ, ਔਰੰਗਜ਼ੇਬ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਹੈ। ਤਾਂ ਗੁਰੂ ਜੀ ਨੇ ਕਿਹਾ, ਇਸ ਸਮੇਂ ਕਿਸੇ ਮਹਾਨ ਪੁਰਸ਼ ਦੀ ਬਲੀਦਾਨੀ ਦੀ ਲੋੜ ਹੈ। ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਉਹਨਾਂ ਦੇ ਕੋਲ ਹੀ ਬੈਠੇ ਸਨ ਅਤੇ ਉਹਨਾਂ ਨੇ ਕਿਹਾ, ਪਿਤਾ ਜੀ, ਤੁਹਾਡੇ ਨਾਲੋਂ ਵੱਧ ਮਹਾਨ ਪੁਰਸ਼ ਹੋਰ ਕੌਣ ਹੋ ਸਕਦਾ। ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਕਿਹਾ ਅਤੇ ਗੁਰੂ ਤੇਗ ਬਹਾਦਰ ਜੀ ਵੀ ਚਾਂਦਨੀ ਚੌਂਕ ਦਿੱਲੀ ਵਿਖੇ ਕੁਰਬਾਨੀ ਦੇਣ ਲਈ ਚਲੇ ਗਏ ਅਤੇ ਉਹਨਾਂ ਦੇ ਨਾਲ 3 ਸਾਥੀ ਉਹਨਾਂ ਦੇ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਵੀ ਚਲੇ ਗਏ। ਉੱਥੇ ਜਾ ਕੇ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ ਅਤੇ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਪਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਇੱਕ ਜਲਾਲ ਨੇ ਕੱਟ ਦਿੱਤਾ ਅਤੇ ਭਾਈ ਜੈਤਾ ਜੀ ਉਹਨਾਂ ਦਾ ਸੀਸ ਸ਼੍ਰੀ ਸ਼ੀਸ਼ਗੰਜ ਵਿਖੇ ਲੈ ਕੇ ਆਏ ਅਤੇ ਉਸ ਗੁਰਦੁਆਰੇ ਦਾ ਨਾਮ ਸ਼ੀਸ਼ਗੰਜ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ
सानू सारे नू हमेशा ही याद रहेगी। धन्यवाद।